ਇਸ ਵਾਲੀ ਵੀਡੀਓ ਦੇ ਵਿੱਚ ਆਪਾਂ ਕਲਾਸ 8ਵੀਂ ਚੈਪਟਰ ਆਪਣਾ 6ਵਾਂ ਚੱਲਦਾ ਪਿਆ ਘਣ ਅਤੇ ਘਣ ਮੂਲ ਜਿਸ ਦੇ ਆਪਾਂ ਮੋਸਟ ਇੰਪੋਰਟੈਂਟ ਕੁਐਸਚਨ ਆ ਜਿਹੜੇ ਉਹ ਕਰਦੇ ਪਏ ਸੀ। ਤੋ ਪਿਛਲੀ ਵੀਡੀਓ ਦੇ ਵਿੱਚ ਆਪਾਂ ਇਸ ਦਾ ਪਾਰਟ 1 ਡਿਸਕਸ ਕਰ ਲਿਆ ਸੀ ਜਿਹਦੇ ਵਿੱਚ ਜਿੰਨੇ ਵੀ ਬੇਸਿਕ ਕਨਸੈਪਟ ਅਤੇ ਇੱਕ ਇੱਕ ਅੰਕਾਂ ਵਾਲੇ ਕੁਐਸਚਨਾਂ ਨੂੰ ਆਪਾਂ ਡਿਸਕਸ ਜਿਹੜਾ ਕਰ ਲਿਆ ਸੀ। ਤੋ ਇਸ ਵੀਡੀਓ ਦੇ ਵਿੱਚ ਆਪਾਂ ਇਸ ਲੈਸਨ ਦਾ ਪਾਰਟ 2 ਕਰਨਾ ਜਿਹਦੇ ਵਿੱਚ ਆਪਾਂ 2 ਅੰਕਾਂ ਵਾਲੇ ਕੁਐਸਚਨਾਂ ਨੂੰ ਡਿਸਕਸ ਕਰਾਂਗੇ। ਤੋ ਇਸ ਲੈਸਨ ਦੇ ਵਿੱਚੋਂ ਆਪਾਂ ਨੂੰ ਫਾਈਨਲ ਪੇਪਰ ਦੇ ਵਿੱਚ 2 ਅੰਕਾਂ ਵਾਲਾ ਇੱਕ ਸਵਾਲ ਆਉਣਾ, ਇਟ ਮੀਨਸ ਕਿ ਇਸ ਲੈਸਨ ਵਿੱਚੋਂ ਆਪਾਂ ਨੂੰ 4 ਅੰਕ ਵਾਲਾ ਜਾਂ 6 ਅੰਕ ਵਾਲਾ ਹੋਰ ਕੋਈ ਕੁਐਸਚਨ ਨਹੀਂ ਆਉਣਾ। ਠੀਕ ਆ, ਤੋ ਆ ਮੋਸਟ ਇੰਪੋਰਟੈਂਟ 6 ਆਪਣੇ ਕੋਲ ਕੁਐਸਚਨ ਆ, ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਇਹਨਾਂ ਦਾ ਕਨਸੈਪਟ ਸਮਝਣਾ। ਠੀਕ ਆ, ਇਕੱਲੇ ਕੁਐਸਚਨ ਤੁਸੀਂ ਯਾਦ ਕਰਨ ਦੀ ਕੋਸ਼ਿਸ਼ ਨਹੀਂ ਕਰਨੀ, ਕਨਸੈਪਟ ਸਮਝਣੇ ਆ, ਕਿਉਂਕਿ ਹੋ ਸਕਦਾ ਫਾਈਨਲ ਪੇਪਰ ਦੇ ਵਿੱਚ ਸਟੇਟਮੈਂਟ ਥੋੜ੍ਹੀ ਜਿਹੀ ਚੇਂਜ ਹੋ ਜੇ, ਜਿਵੇਂ ਇੱਥੇ 81 ਲਿਖਿਆ ਵਾ ਇਹਦੀ ਥਾਂ 'ਤੇ 120 ਹੋ ਜੇ, 210 ਹੋ ਜੇ, ਇਸ ਤਰ੍ਹਾਂ। ਠੀਕ ਆ, ਤੋ ਕਨਸੈਪਟ ਆਪਣੇ ਕੋਲ ਹਰੇਕ ਤਰ੍ਹਾਂ ਦਾ ਆਪਾਂ ਇਹਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ। ਤੋ ਦੇਖਦੇ ਹਾਂ ਆਪਾਂ ਇਸ ਦਾ ਹੁਣ ਕੁਐਸਚਨ ਨੰਬਰ 1 ਕਿ ਘਣ ਦਾ ਆਇਤਨ ਪਤਾ ਕਰੋ ਜੇਕਰ ਇਸ ਦੀ ਭੁਜਾ 2.3 ਸੈਂਟੀਮੀਟਰ ਹੋਵੇ। ਤੋ ਜੇ ਤੁਸੀਂ ਪਿਛਲੀ ਵੀਡੀਓ ਦੇਖੀ ਆ ਬੇਸਿਕ ਕਨਸੈਪਟ ਦੀ, ਤਾਂ ਉਹਦੇ ਵਿੱਚ ਆਪਾਂ ਕੀਤਾ ਸੀ ਕਿ ਜਿਹੜਾ ਘਣ ਦਾ ਆਇਤਨ ਹੁੰਦਾ ਇਸ ਦਾ ਫਾਰਮੂਲਾ ਕੀ ਹੁੰਦਾ, ਭੁਜਾ ਦੀ ਘਾਤ 3। ਵੀ ਭੁਜਾ ਦਾ ਘਣ ਕੱਢ ਲਓ ਕਿੰਨਾ। ਤੋ ਆਪਣੇ ਕੋਲ ਇੱਥੇ ਭੁਜਾ ਕਿੰਨੀ ਦਿੱਤੀ ਵੀ ਆ, ਪਹਿਲਾਂ ਆਪਾਂ ਇੱਥੇ ਲਿਖਾਂਗੇ ਘਣ ਦਾ ਆਇਤਨ ਆ ਜਿਹੜਾ ਇਹ ਕਾਹਦੇ ਬਰਾਬਰ ਹੁੰਦਾ, ਇਹਦਾ ਫਾਰਮੂਲਾ ਹੀ ਆਪਾਂ ਡਾਇਰੈਕਟ ਲਿਖ ਦਾਂਗੇ ਭੁਜਾ ਦੀ ਘਾਤ 3। ਅਤੇ ਭੁਜਾ ਕਿੰਨੀ ਦਿੱਤੀ ਗਈ ਇਸ ਦੇ ਵਿੱਚ, 2.3, ਤੋ ਇਸ ਦੀ ਘਾਤ 3। ਤਾਂ ਘਾਤ 3 ਦਾ ਮਤਲਬ ਕੀ, ਆਪਾਂ ਪਿੱਛੇ ਵੀ ਵਾਲੀ ਵੀਡੀਓ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਉਸ ਨੂੰ ਸੰਖਿਆ ਨੂੰ 3 ਵਾਰੀ ਗੁਣਾ ਕਰਨੀ। ਤੋ 2.3 ਗੁਣਾ 2.3 ਗੁਣਾ 2.3। ਹੁਣ ਆਪਾਂ ਕੀ ਕਰਨਾ ਹੈਗਾ, ਪਹਿਲਾਂ 2.3 ਦੀ ਗੁਣਾ 2.3 ਨਾਲ ਕਰਨੀ ਆ। ਠੀਕ ਆ, ਪਹਿਲਾ ਕੰਮ ਆਪਣਾ ਆਹ, ਇਹਨਾਂ ਦੋਨਾਂ ਦੀ ਗੁਣਾ ਆਪਸ ਦੇ ਵਿੱਚ। ਤੋ 2.3 ਦੀ ਆਪਾਂ ਜੇ ਗੁਣਾ 2.3 ਨਾਲ ਕਰਾਂਗੇ ਤਾਂ ਕਿੰਨਾ ਬਣੂੰਗਾ। ਤੁਸੀਂ ਕਹਿੰਦੇ ਕਿ ਇੱਕ ਚੀਜ਼ ਆਪਾਂ ਇਹਦੇ ਵਿੱਚ ਕਰਨੀ ਆ ਕਿ ਪਹਿਲਾਂ ਪੁਆਇੰਟ ਤੋਂ ਬਿਨਾਂ ਹੀ ਗੁਣਾ ਕਰ ਦਿਉ, ਇਕੱਲਾ 23 ਗੁਣਾ 23 ਪੁਆਇੰਟ ਰਹਿਣ ਦਿਉ। 3 3 9, 3 2 6, 2 3 6, 2 2 4, ਤੋ ਕਿੰਨਾ ਆ ਗਿਆ 9 6 ਤੇ 6 12, 529। ਠੀਕ ਆ, ਹੁਣ 529 ਇੱਥੋਂ ਤੱਕ ਆ ਗਿਆ, ਇਹਨੂੰ ਫਿਰ 23 ਨਾਲ ਗੁਣਾ ਕਰ ਦਿਉ ਪੁਆਇੰਟ ਤੋਂ ਬਿਨਾਂ। ਠੀਕ ਆ, 23 ਨਾਲ ਗੁਣਾ ਕਰ ਦਿੰਦੇ ਹਾਂ, 9 3 27, 2 ਗਏ ਹੰਸਲ, 3 2 6, 6 ਤੇ 2 8, 3 5 15, 2 9 ਨਾਲ ਕੀਤੀ 9 2 18, 1 ਗਿਆ ਹੰਸਲ, 2 2 4 ਤੇ 1 5, 5 2 10, ਤੋ ਕਿੰਨਾ ਆ ਗਿਆ 7, 8 ਤੇ 8 16, 1 ਗਿਆ ਹੰਸਲ, 5 ਤੇ 1 6, 6 5 11, 1 ਤੇ 1 2, 1, ਤੋ ਕਿੰਨਾ ਆ ਗਿਆ ਇਹ 12 167। ਠੀਕ ਆ, ਤੁਸੀਂ ਕਹਿੰਦੇ ਇਹ ਤਾਂ ਆਪਣੇ ਕੋਲ ਆ ਗਿਆ 23 ਗੁਣਾ 23 ਗੁਣਾ 23, ਪਰ ਆਪਾਂ ਤਾਂ ਪੁਆਇੰਟ ਲਾਉਣਾ ਸੀ। ਹੁਣ ਦੇਖੋ ਅੱਖਰ ਗਿਣ ਲਓ ਪੁਆਇੰਟ ਤੋਂ ਬਾਅਦ ਕਿੰਨੇ ਸੀ, ਇਹਦੇ ਕੋਲ 1 ਅੱਖਰ, 1 ਇਹਦੇ ਕੋਲ 2 ਅੱਖਰ ਹੋ ਗਏ, 1 ਇਹਦੇ ਕੋਲ, ਕੁੱਲ ਅੱਖਰ ਪੁਆਇੰਟ ਤੋਂ ਬਾਅਦ ਕਿੰਨੇ ਹੋ ਗਏ 3, 1 2 ਤੇ 3। ਜਿਹੜਾ ਆਪਣੇ ਕੋਲ ਆਂਸਰ ਆਇਆ ਇਹਦੇ ਵਿੱਚ ਸੱਜੇ ਪਾਸਿਓਂ
ਸੱਜੇ ਪਾਸੇ ਤੋਂ ਆਹ ਹੱਥ ਤੋਂ ਸੱਜੇ ਪਾਸੇ ਤਿੰਨ ਅੱਖਰ ਛੱਡ ਕੇ ਕੀ ਲਾ ਦਿਓ ਪੁਆਇੰਟ, ਇੱਕ ਦੋ ਤਿੰਨ ਇੱਥੇ ਲਾ ਦਿਓ। ਤਾਂ ਇਸ ਦਾ ਮਤਲਬ ਕਿ ਜਿਹੜਾ ਇਸਦਾ ਆਇਤਨ ਆਊਗਾ ਉਹ ਕਿੰਨਾ ਆਊਗਾ ਆਪਣੇ ਕੋਲ, 12.167 ਸੈਂਟੀਮੀਟਰ ਘਣ, ਇਹੀ ਆਪਾਂ ਦੱਸਣਾ ਸੀ, ਰਾਈਟ ਆ। ਤਾਂ ਤੁਸੀਂ ਇਸ ਦੇ ਵਿੱਚ ਕਨਫਿਊਜ਼ ਨਹੀਂ ਹੋ ਜਾਣਾ ਕਿ ਇੱਥੇ ਪੁਆਇੰਟ ਲੱਗਾ ਵਾ, ਵੀ ਪੁਆਇੰਟ ਦੀ ਆਪਾਂ ਗੁਣਾ ਕਿਵੇਂ ਕਰੀਏ, ਉਹਦੇ ਵਿੱਚ ਨਾ ਗਲਤੀ ਕਰ ਲਿਓ। ਪਹਿਲਾਂ ਪੁਆਇੰਟ ਤੋਂ ਬਿਨਾਂ ਗੁਣਾ ਕਰ ਦਿਓ ਸਾਰਿਆਂ ਦੀ, ਫਿਰ ਪੁਆਇੰਟ ਤੋਂ ਬਾਅਦ ਅੱਖਰ ਗਿਣ ਲਓ, ਜਿੰਨੇ ਅੱਖਰ ਆ ਗਏ ਉਹ ਸੱਜੇ ਪਾਸਿਓਂ ਉਨੇ ਅੱਖਰ ਛੱਡ ਕੇ ਪੁਆਇੰਟ ਲਾ ਦਿਓ, ਉਹੀ ਆਪਣਾ ਆਂਸਰ ਆ। ਅੱਗੇ ਆ ਗਿਆ ਕੁਐਸਚਨ ਨੰਬਰ 2 ਕਿ 81 ਨੂੰ ਕਿਹੜੀ ਛੋਟੀ ਤੋਂ ਛੋਟੀ ਸੰਖਿਆ ਨਾਲ ਗੁਣਾ ਕੀਤੀ ਜਾਵੇ ਕਿ ਇਹ ਪੂਰਨ ਘਣ ਪ੍ਰਾਪਤ ਹੋਵੇ। ਦੇਖੋ ਜਦੋਂ ਵੀ ਆਪਣੇ ਕੋਲ ਇਸ ਤਰ੍ਹਾਂ ਦਾ ਸਵਾਲ ਹੋਵੇ ਕਿ ਛੋਟੀ ਤੋਂ ਛੋਟੀ ਆਪਾਂ ਸੰਖਿਆ ਪਤਾ ਕਰਨੀ ਆ ਜਿਹਦੇ ਨਾਲ ਗੁਣਾ ਕੀਤੀ ਜਾਵੇ ਜਾਂ ਭਾਗ ਕੀਤੀ ਜਾਵੇ, ਤਾਂ ਆਪਾਂ ਨੂੰ ਕੀ ਕਰਨੇ ਪੈਣੇ ਆ, ਉਸ ਸੰਖਿਆ ਦੇ ਗੁਣਨਖੰਡ ਬਣਾਉਣੇ ਪੈਣੇ ਆ। ਤਾਂ ਗੁਣਨਖੰਡ ਆਪਾਂ ਬਣਾ ਲੈਂਦੇ ਹਾਂ। ਤਾਂ 81 ਦੇ ਪਹਿਲਾਂ ਆਪਾਂ ਨੂੰ ਪਤਾ ਕਿ ਇਸ ਦਾ ਲਾਸਟ ਵਾਲਾ ਅੱਖਰ ਹੈਗਾ 1, ਤਾਂ 1-2 ਦੇ ਪਹਾੜੇ 'ਤੇ ਨਹੀਂ ਜਾਂਦਾ, ਇਸ ਲਈ 81 ਵੀ 2 ਦੇ ਪਹਾੜੇ 'ਤੇ ਨਹੀਂ ਜਾਣਾ। 2 ਤੋਂ ਬਾਅਦ 3 ਦਾ ਪਹਾੜਾ, 3 ਦੇ ਪਹਾੜੇ 'ਤੇ ਉਹ ਸੰਖਿਆ ਜਾਂਦੀ ਆ ਜਿਸ ਦੇ ਅੰਕਾਂ ਦਾ ਜੋੜ ਕਿੰਨਾ ਜਾਵੇ 3 ਦੇ ਪਹਾੜੇ 'ਤੇ। ਤਾਂ ਇਹਦੇ ਅੰਕਾਂ ਦਾ ਜੋੜ ਕਿੰਨਾ, 8 ਅਤੇ 1, 9, 9 3 ਦੇ ਪਹਾੜੇ 'ਤੇ ਜਾਂਦਾ, ਇਹਦਾ ਮਤਲਬ 81 ਵੀ 3 ਦੇ ਪਹਾੜੇ 'ਤੇ ਜਾਵੇਗਾ। ਤਾਂ ਆਪਾਂ ਇੱਥੇ ਭਾਗ ਕਰਕੇ ਦੇਖ ਲੈਂਦੇ ਹਾਂ, ਪਹਿਲਾਂ ਜਾਊਗਾ 3 × 2 = 6, 2 ਬਾਕੀ ਰਹਿ ਗਏ 1, 7 × 3 = 21, ਤਾਂ ਕਿੰਨਾ ਰਹਿ ਗਿਆ 27। ਤਾਂ ਇਹਨੂੰ 3 ਨਾਲ ਭਾਗ ਕੀਤਾ ਕਿੰਨਾ ਆ ਗਿਆ 27। ਹੁਣ 27 ਆਪਾਂ ਨੂੰ ਫਿਰ ਪਤਾ 3 ਦੇ ਪਹਾੜੇ 'ਤੇ ਜਾਂਦਾ ਕਿੱਥੇ ਜਾ ਕੇ ਆਉਂਦਾ ਹੁੰਦਾ, 9 × 3 = 27, 9 ਫਿਰ 3 ਦੇ ਪਹਾੜੇ 'ਤੇ ਜਾਊਗਾ, 3 × 3 = 9, 3 ਆਪਦੇ ਪਹਾੜੇ 'ਤੇ ਜਾਊਗਾ, 3 × 3 = 3, ਰਾਈਟ ਆ। ਤਾਂ 81 ਦੇ ਆਪਣੇ ਕੋਲ ਗੁਣਨਖੰਡ ਕੀ ਬਣੇ, 3 × 3 × 3 × 3 × 3, ਆਹ ਵਾਲਾ, ਠੀਕ ਆ। ਹੁਣ ਪੂਰਨ ਘਣ, ਜਿਹੜਾ ਪੂਰਨ ਘਣ ਹੁੰਦਾ ਨਾ, ਆਪਾਂ ਬੇਸਿਕ ਕਨਸੈਪਟ ਦੇ ਵਿੱਚ ਪੜ੍ਹਿਆ ਸੀ ਕਿ ਆਪਿਆ ਅਭਾਜ ਗੁਣਨਖੰਡ, ਹਰੇਕ ਗੁਣਨਖੰਡ 3 ਵਾਰੀ ਆਉਂਦਾ ਜੇ ਪੂਰਨ ਘਣ ਸੰਖਿਆ। ਮਤਲਬ ਹੁਣ ਜਿਵੇਂ ਆਪਣੇ ਕੋਲ ਇਹਦੇ ਵਿੱਚ ਗੁਣਨਖੰਡ ਇਹਦਾ 3 ਆ, ਤਾਂ 3 ਨੇ 3 ਵਾਰੀ ਆਉਣਾ। ਤੁਸੀਂ ਕਹਿੰਦੇ 1 ਵਾਰੀ ਤਾਂ ਆ ਗਿਆ, ਪਰ ਆਹ 3 ਕਿੰਨੇ ਵਾਰੀ ਆਇਆ, 1 ਵਾਰੀ। ਇਹਦਾ ਮਤਲਬ ਜੇ ਇਹਨੂੰ ਆਪਾਂ ਪੂਰਨ ਘਣ ਬਣਾਉਣਾ ਤਾਂ ਇਹਦੇ ਨਾਲ ਇੱਥੇ 2 ਵਾਰੀ 3 × 3 ਹੋਰ ਲਾਉਣਾ ਪੈਣਾ, ਫਿਰ ਆਹ 3 ਵਾਰੀ ਆ ਜੂਗਾ ਇਹ ਵੀ, ਠੀਕ ਆ। ਤਾਂ ਆਪਾਂ ਪੂਰਨ ਘਣ ਦੇ ਲਈ ਆਪਾਂ ਨੂੰ ਕੀ ਕਰਨਾ ਪੈਣਾ, 81 ਨੂੰ ਕਿਹਦੇ ਨਾਲ ਗੁਣਾ ਕਰਨੀ ਪੈਣੀ ਆ, 3 × 3 ਮਤਲਬ 9 ਨਾਲ, 9 ਨਾਲ ਗੁਣਾ ਕਰਨ 'ਤੇ ਪੂਰਨ ਘਣ ਬਣ ਜਾਵੇਗਾ, ਠੀਕ ਆ। ਇਹੀ ਆਪਾਂ ਦੱਸਣਾ ਸੀਗਾ। ਤਾਂ ਬੜਾ ਹੀ ਈਜ਼ੀ ਜਿਹਾ ਕੁਐਸਚਨ ਸੀ, ਬਸ ਜਿੰਨੇ ਅੱਖਰ ਘੜਦੇ ਆ 3-3 ਦੇ ਜੋਟੇ ਤੋਂ ਉਨੇ ਅੱਖਰਾਂ ਨਾਲ ਗੁਣਾ ਕਰਾ ਦਿਓ, ਉਹੀ ਆਪਣਾ ਆਂਸਰ ਹੋਇਆ ਕਰੂਗਾ, ਠੀਕ ਆ। ਅੱਗੇ ਆ ਗਿਆ ਤੀਸਰਾ ਸਵਾਲ ਕਿ 21-87 ਨੂੰ ਕਿਹੜੀ ਛੋਟੀ ਤੋਂ ਛੋਟੀ ਸੰਖਿਆ ਨਾਲ ਵੰਡਣ 'ਤੇ ਭਾਜ ਫਲ 1 ਪੂਰਨ ਘਣ ਪ੍ਰਾਪਤ ਹੋਵੇਗਾ। ਤਾਂ ਬਿਲਕੁਲ ਉਸੇ ਤਰ੍ਹਾਂ ਦਾ ਸਵਾਲ ਆ, ਆਪਾਂ ਨੂੰ 21-87 ਦੇ ਗੁਣਨਖੰਡ ਬਣਾਉਣੇ ਪੈਣੇ ਆ। ਤਾਂ ਬਣਾ ਲੈਂਦੇ ਹਾਂ ਆਪਾਂ, ਫਿਰ ਦੇਖਦੇ ਹਾਂ ਇਹਦਾ ਥੋੜ੍ਹਾ ਜਿਹਾ ਫਰਕ ਹੀ ਹੈ ਇਸ ਨਾਲੋਂ, ਉਹ ਆਪਾਂ ਦੇਖ ਲਾਂਗੇ। ਤਾਂ ਸਭ ਤੋਂ ਪਹਿਲਾਂ ਇਸ ਦਾ ਲਾਸਟ ਵਾਲਾ ਅੱਖਰ ਹੈਗਾ 7, ਤੋਂ 7 2 ਦੇ ਪਹਾੜੇ 'ਤੇ ਨਹੀਂ ਆਉਂਦਾ, ਇਸ ਲਈ 21-87 ਨੇ ਵੀ 2 ਦੇ ਪਹਾੜੇ 'ਤੇ ਨਹੀਂ ਜਾਣਾ। ਇਸ ਤੋਂ ਬਾਅਦ 3 ਦਾ ਪਹਾੜਾ, ਤੋਂ ਅੰਕਾਂ ਦਾ ਜੋੜ ਕਰੋ, 2 ਅਤੇ 1 = 3, 3 + 8
ਗਿਆਰਾਂ ਗਿਆਰਾਂ ਸੱਤ ਅਠਾਰਾਂ ਤੋਂ ਅੰਕਾਂ ਦਾ ਜੋੜ ਆ ਗਿਆ ਅਠਾਰਾਂ ਤੋਂ ਅਠਾਰਾਂ ਤਿੰਨ ਦੇ ਪਹਾੜੇ 'ਤੇ ਜਾਂਦਾ ਇਸ ਲਈ 21-87 ਵੀ ਤਿੰਨ ਨਾਲ ਭਾਗ ਹੋ ਜਾਏਗਾ ਤੋ ਕਿੰਨਾ ਆ ਗਿਆ 7 3 21 8 ਤੋਂ ਇੱਥੇ ਆ ਜੂਗਾ 3 3 6 2 7 9 3 27 0 ਤੋਂ ਕਿੰਨਾ ਆ ਗਿਆ 3 ਨਾਲ ਭਾਗ ਕਰੇ ਤੋਂ 729 ਫਿਰ ਇਹਦੇ ਅੰਕਾਂ ਦਾ ਜੋੜ ਕਰਕੇ ਦੇਖਦੇ ਹਾਂ 7 2 9 9 9 18 18 ਫਿਰ 3 ਦੇ ਪਹਾੜੇ 'ਤੇ ਜਾਂਦਾ ਇਹਦਾ ਮਤਲਬ 729 ਵੀ 3 ਨਾਲ ਭਾਗ ਹੋ ਜਾਏਗਾ ਤੋ 3 2 6 1 ਬਾਕੀ 2 4 3 12 0 9 3 3 9 ਠੀਕ ਆ ਤੋ ਕਿੰਨਾ ਆ ਗਿਆ 243 243 ਦੇ ਅੰਕਾਂ ਦਾ ਜੋੜ ਦੇਖੀਏ 2 ਅਤੇ 4 6 6 ਅਤੇ 3 9 9 ਵੀ 3 ਦੇ ਪਹਾੜੇ 'ਤੇ ਆਉਂਦਾ ਇਹਦਾ ਮਤਲਬ 243 ਵੀ 3 ਨਾਲ ਭਾਗ ਹੋ ਜਾਏਗਾ ਤੋ ਪਹਿਲਾਂ ਜਾਊਗਾ 38 24 0 3 3 1 3 ਤੋ ਕਿੰਨਾ ਆ ਗਿਆ 81 ਤੋ 81 ਦੇ ਆਪਾਂ ਇੱਥੇ ਗੁਣਨ ਖੰਡ ਬਣਾਏ ਸੀਗੇ ਆਹੀ ਦੇਖ ਕੇ ਲਿਖ ਦਿੰਦੇ ਹਾਂ 3 ਦੇ ਪਹਾੜੇ 'ਤੇ ਗਿਆ ਕਿੰਨਾ ਆ ਗਿਆ ਸੀ 27 ਫਿਰ 3 ਦੇ ਪਹਾੜੇ 'ਤੇ ਗਿਆ 9 3 ਦੇ ਪਹਾੜੇ 'ਤੇ ਗਿਆ 3 3 ਦੇ ਪਹਾੜੇ 'ਤੇ ਗਿਆ 3 1 3 ਤੋ ਇਸ ਦੇ ਗੁਣਨ ਖੰਡ ਕਿਹੜੇ ਕਿਹੜੇ ਬਣ ਗਏ ਆਪਣੇ ਕੋਲ ਆਹ ਵਾਲੇ ਹੁਣ ਇਹਦੇ ਵਿੱਚ ਵੀ ਆਪਾਂ 3 3 ਦੇ ਜੋਟੇ ਬਣਾ ਲੈਣੇ ਆ ਪੂਰਨ ਘਣ ਬਣਾਉਣਾ ਤੋ ਇੱਕ ਤਾਂ ਆਹ ਬਣ ਗਿਆ ਇੱਥੇ ਬਣਾ ਦਿਉ ਇੱਕ ਆਹ ਬਣ ਗਿਆ ਆਹ ਬਚ ਗਿਆ ਹੁਣ ਇਹਦੇ ਵਿੱਚ ਉਹਨਾਂ ਨੇ ਆਪਾਂ ਨੂੰ ਇਹ ਕਿਹਾ ਸੀ ਆਪਾਂ ਕਿਹੜੀ ਸੰਖਿਆ ਨਾਲ ਇਹਨੂੰ ਵੰਡਣ 'ਤੇ ਭਾਜਫਲ ਇੱਕ ਪੂਰਨ ਘਣ ਪ੍ਰਾਪਤ ਹੋਵੇਗਾ ਤੋ ਆਪਾਂ ਕੀ ਕਹਾਂਗੇ ਕਿ ਜੇ ਆਪਣੇ ਕੋਲ ਇੱਥੇ ਆਹ ਵਾਲਾ 3 ਨਾ ਹੁੰਦਾ ਮੰਨ ਕੇ ਚੱਲੋ ਆਹ ਨਾ ਹੁੰਦਾ ਤਾਂ ਬਾਕੀ ਸਾਰੇ 3 ਦੇ 3 ਜੁੱਟੇ ਆ ਵੀ ਪਏ ਆ ਆ ਵੀ ਪਏ ਆ ਤੋ ਇਹਨੇ ਕੀ ਬਣ ਜਾਣਾ ਸੀ ਪੂਰਨ ਘਣ ਤਾਂ ਆਪਾਂ ਕਿਹੜੀ ਸੰਖਿਆ ਨਾਲ ਇਹਨੂੰ ਭਾਗ ਕਰ ਦਈਏ 3 ਨਾਲ ਠੀਕ ਆ ਆਪਾਂ ਲਿਖਾਂਗੇ ਭਾਗ ਕਿਹੜੀ ਛੋਟੀ ਤੋਂ ਛੋਟੀ ਸੰਖਿਆ ਨਾਲ ਕਰਾਂਗੇ ਛੋਟੀ ਸੰਖਿਆ 3 ਨਾਲ 3 ਨਾਲ ਕਰਨ 'ਤੇ 2100 ਜਿਹੜਾ 87 ਆ ਪੂਰਨ ਘਣ ਪ੍ਰਾਪਤ ਹੋਵੇਗਾ ਪੂਰਨ ਘਣ ਪ੍ਰਾਪਤ ਹੋਵੇਗਾ ਰਾਈਟ ਬਸ ਇੱਕ ਚੀਜ਼ ਤੁਸੀਂ ਹੁਣ ਇੱਥੇ ਸਮਝ ਲਓ ਸ਼ੋਰਟਕੱਟ ਸਮਝ ਲਓ ਉਹ ਟ੍ਰਿਕ ਸਮਝ ਲਓ ਇਹਦੀ ਉਹ ਕੀ ਆ ਕਿ ਜੇ ਤਾਂ ਆਪਾਂ ਉਹਨਾਂ ਨੇ ਗੁਣਾ ਪੁੱਛਿਆ ਹੋਵੇ ਤਾਂ ਜਿੰਨੇ ਅੱਖਰ ਘੜਦੇ ਆ 3 ਦਾ ਜੋਟਾ ਬਣਾਉਣ ਤੋਂ ਉਹਦੇ ਨਾਲ ਗੁਣਾ ਕਰਾ ਦਿਉ ਠੀਕ ਆ ਅਤੇ ਜੇ ਉਹਨਾਂ ਨੇ ਭਾਗ ਪੁੱਛੀ ਹੋਵੇ ਵੀ ਕਿਹੜੇ ਛੋਟੀ ਤੋਂ ਛੋਟੀ ਸੰਖਿਆ ਨਾਲ ਭਾਗ ਕੀਤੀ ਜਾਵੇ ਫਿਰ 3 3 ਦੇ ਜੋਟੇ ਤੋਂ ਜਿਹੜੀਆਂ ਸੰਖਿਆਵਾਂ ਵੱਧਦੀਆਂ ਉਹਦੇ ਨਾਲ ਭਾਗ ਕਹਿ ਦਿਉ ਵੀ ਉਹਨਾਂ ਨਾਲ ਕਰ ਦਿਉ ਤਾਂ ਕੀ ਵੱਧਦਾ ਸੀ ਇਕੱਲਾ 3 ਤੋਂ 3 ਨਾਲ ਭਾਗ ਕਰਾ ਦਿਉ ਠੀਕ ਆ ਤਾਂ ਦੋਨੋਂ ਹੀ ਇੰਪੋਰਟੈਂਟ ਕੁਐਸਚਨ ਆ ਚੰਗੀ ਤਰ੍ਹਾਂ ਸਮਝ ਕੇ ਤੁਸੀਂ ਇਹ ਕਰਨੇ ਆ ਅੱਗੇ ਦੇਖਦੇ ਹਾਂ ਇਸ ਦਾ ਕੁਐਸਚਨ ਨੰਬਰ 4 ਤੋਂ ਅੱਗੇ ਸਵਾਲ ਨੰਬਰ 4 ਦੇ ਵਿੱਚ ਹੈਗਾ ਕਿ 45 65 33 ਦਾ ਅਭਾਜ ਗੁਣਨ ਖੰਡ ਵਿਧੀ ਦੁਆਰਾ ਘਣਮੂਲ ਆ ਜਿਹੜਾ ਪਤਾ ਕਰਨਾ ਹੈਗਾ ਤੋ ਇਸ ਤਰ੍ਹਾਂ ਦੀ ਇੱਕ ਆਪਾਂ ਨੂੰ ਇਸ ਸਵਾਲ ਆ ਸਕਦਾ ਜਿਹਦੇ ਵਿੱਚ ਇੱਕ ਬਹੁਤ ਵੱਡੀ ਰਕਮ ਦਿੱਤੀ ਹੋਊਗੀ ਜਿਹਦੇ ਆਪਾਂ ਭਾਜ ਗੁਣਨ ਖੰਡ ਬਣਾ ਕੇ ਉਸਦਾ ਘਣਮੂਲ ਆ ਜਿਹੜਾ ਪਤਾ ਕਰਨ ਦੇ ਲਈ ਕਹਿ ਸਕਦੇ ਆ ਤੋ ਤੁਹਾਨੂੰ ਅਭਾਜ ਗੁਣਨ ਖੰਡ ਆ ਜਿਹੜੇ ਉਹ ਬਣਾਉਣੇ ਆਉਣੇ ਚਾਹੀਦੇ ਆ 45 65 33 ਰਾਈਟ ਆ ਤੋ ਇਹਦੇ ਵਿੱਚ ਦੇਖੋ ਇਸਦਾ ਲਾਸਟ ਵਾਲਾ ਅੱਖਰ ਆ ਜਿਹੜਾ ਉਹ ਹੈਗਾ 3 3 ਆਪਾਂ ਨੂੰ ਪਤਾ ਕਿ 2 ਦੇ ਪਹਾੜੇ ਦੇ ਉੱਪਰ ਨਹੀਂ ਆਉਂਦਾ ਇਸ ਦੇ ਲਈ ਕੀ ਹੋਵੇਗਾ ਕਿ ਜਿਹੜਾ ਆਹ ਵਾਲੀ ਸਾਰੀ ਸੰਖਿਆ ਵੀ 2 ਦੇ ਪਹਾੜੇ 'ਤੇ ਨਹੀਂ ਆਵੇਗੀ
ਇਸ ਤੋਂ ਬਾਅਦ ਦੇਖਣਾ ਤਿੰਨ ਦਾ ਪਹਾੜਾ। ਤੋ ਤਿੰਨ ਦੇ ਪਹਾੜੇ ਦੇ ਲਈ ਅੰਕਾਂ ਦਾ ਜੋੜ ਦੇਖੋ, ਚਾਰ ਅਤੇ ਪੰਜ ਨੌ, ਨੌ ਅਤੇ ਛੇ ਪੰਦਰਾਂ, ਪੰਦਰਾਂ ਅਤੇ ਪੰਜ ਵੀਹ, ਵੀਹ ਅਤੇ ਤਿੰਨ ਤੇਈ, ਤੇਈ ਤਿੰਨ ਛੱਬੀ। ਤੋ ਇਸ ਦੇ ਅੰਕਾਂ ਦਾ ਜੋੜ ਵੀ ਆਪਣੇ ਕੋਲ ਛੱਬੀ ਆ ਗਿਆ, ਜਿਹੜਾ ਕਿ ਤਿੰਨ ਦੇ ਪਹਾੜੇ ਦੇ ਵਿੱਚ ਨਹੀਂ ਆਉਂਦਾ। ਇਸ ਲਈ ਆਪਾਂ ਨੂੰ ਇਸ ਤੋਂ ਬਾਅਦ ਦੇਖਣਾ ਪੈਣਾ ਪੰਜ ਦਾ ਪਹਾੜਾ। ਦੇਖੋ ਆਪਾਂ ਕਿਹੜੇ ਕਿਹੜੇ ਪਹਾੜਿਆਂ 'ਤੇ ਚੈੱਕ ਕਰਦੇ ਹੁੰਦੇ ਹਾਂ, ਦੋ, ਤਿੰਨ, ਪੰਜ, ਸੱਤ, ਗਿਆਰਾਂ, ਤੇਰਾਂ, ਸਤਾਰਾਂ, ਉੱਨੀ, ਇਸ ਤਰ੍ਹਾਂ, ਠੀਕ ਆ। ਤੋ ਤਿੰਨ ਦੇ ਪਹਾੜੇ 'ਤੇ ਵੀ ਨਹੀਂ ਆਉਂਦਾ, ਦੋ 'ਤੇ ਵੀ ਨਹੀਂ ਆਉਂਦਾ, ਪੰਜ ਦੇ ਪਹਾੜੇ 'ਤੇ। ਦੇਖੋ ਪੰਜ ਦੇ ਪਹਾੜੇ 'ਤੇ ਚੈੱਕ ਕਰਨ ਦੀ ਕੀ ਆਪਣੇ ਕੋਲ ਟ੍ਰਿੱਕ ਆ, ਕਿ ਲਾਸਟ ਵਾਲਾ ਅੱਖਰ ਜੇ ਤਾਂ ਜ਼ੀਰੋ ਹੈਗਾ ਅਤੇ ਜਾਂ ਪੰਜ ਹੈਗਾ, ਫਿਰ ਤਾਂ ਉਹ ਪੰਜ ਦੇ ਪਹਾੜੇ 'ਤੇ ਆਊਗਾ, ਅਦਰਵਾਈਜ਼ ਨਹੀਂ ਆਊਗਾ। ਤੋ ਇਸ ਦਾ ਲਾਸਟ ਵਾਲਾ ਅੱਖਰ ਹੈਗਾ ਤਿੰਨ, ਤਾਂ ਇਹਨੇ ਪੰਜ ਦੇ ਪਹਾੜੇ ਉੱਪਰ ਵੀ ਨਹੀਂ ਜਾਣਾ। ਇਸ ਤੋਂ ਬਾਅਦ ਆ ਗਿਆ ਸੱਤ ਦਾ ਪਹਾੜਾ। ਤੋ ਸੱਤ ਦੇ ਪਹਾੜੇ 'ਤੇ ਆਪਾਂ ਨੂੰ ਕਰਕੇ ਦੇਖਣਾ ਪੈਣਾ ਇਸ ਨੂੰ। ਤਾਂ ਦੇਖੋ ਪੰਤਾਲੀ, ਪੈਂਹਠ, ਤੇਤੀ, ਸੱਤ ਨਾਲ ਦੇਖਦੇ ਹਾਂ। ਪਹਿਲਾਂ ਜਾਊਗਾ ਸੱਤੂ ਛੀਕ ਬਿਆਲੀ, ਤਿੰਨ ਬਾਕੀ ਰਹਿ ਗਏ ਛੇ, ਫਿਰ ਜਾਊਗਾ ਸੱਤੂ ਪੰਜ ਪੈਂਤੀ, ਇੱਕ ਬਾਕੀ ਰਹਿ ਗਿਆ ਪੰਜ, ਫਿਰ ਸੱਤ ਦੂਣੀ ਚੌਦਾਂ, ਇੱਕ ਬਾਕੀ ਰਹਿ ਗਿਆ ਤਿੰਨ, ਸੱਤ ਏਕਮ ਸੱਤ, ਤੇਰ੍ਹਾਂ 'ਚ ਸੱਤ ਘਟਾਏ ਛੇ, ਤਿੰਨ ਆ ਗਿਆ ਥੱਲੇ, ਨੌ ਸਤਾ ਤ੍ਰੇਹਠ। ਤੋ ਕਿੰਨਾ ਆ ਗਿਆ ਆਪਣੇ ਕੋਲ, ਪੈਂਹਠ ਦੋ ਸੌ ਉੱਨੀ। ਤੋ ਸੱਤ ਨਾਲ ਇਹਨੂੰ ਭਾਗ ਕੀਤਾ, ਪੈਂਹਠ ਦੋ ਸੌ ਉੱਨੀ, ਠੀਕ ਹੈ। ਹੁਣ ਇਹਨੂੰ ਫਿਰ ਆਪਾਂ ਪੈਂਹਠ ਦੋ ਸੌ ਉੱਨੀ ਨੂੰ ਹੁਣ ਜਿਹੜੇ ਪਿਛਲੇ ਪਹਾੜੇ ਰਹਿ ਗਏ ਸੀ ਦੋ ਤਿੰਨ ਪੰਜ, ਉਹਨਾਂ 'ਤੇ ਦੁਬਾਰਾ ਨਹੀਂ ਦੇਖਣਾ, ਠੀਕ ਆ। ਹੁਣ ਆਪਾਂ ਸੱਤ 'ਤੇ ਦੁਬਾਰਾ ਦੇਖਣਾ ਇਸ ਨੂੰ, ਅੱਗੇ ਦੀ ਅੱਗੇ ਜਾਣਾ, ਹੁਣ ਆਪਾਂ ਪਿੱਛੇ ਨਹੀਂ ਮੁੜਨਾ। ਇਹ ਪੈਂਹਠ ਦੋ ਸੌ ਉੱਨੀ, ਪਹਿਲਾਂ ਜਾਊਗਾ ਨੌ ਸਤਾ ਤ੍ਰੇਹਠ, ਦੋ ਬਾਕੀ ਦੋ, ਫਿਰ ਸੱਤ ਤੀ ਆ ਇੱਕੀ, ਇੱਕ ਬਾਕੀ ਰਹਿ ਗਿਆ ਇੱਕ, ਸੱਤ ਏਕਮ ਸੱਤ, ਚਾਰ ਬਾਕੀ ਰਹਿ ਗਏ, ਨੌ ਆ ਗਿਆ ਥੱਲੇ, ਸੱਤ ਸੱਤ ਹੀ ਉਣੰਜਾ ਜ਼ੀਰੋ। ਦੇਖੋ ਜਦੋਂ ਆਪਣੇ ਕੋਲ ਬਾਕੀ ਆ ਜਿਹੜਾ ਉਹ ਜ਼ੀਰੋ ਆ ਜਾਏ, ਇਸ ਦਾ ਮਤਲਬ ਉਹ ਸੰਖਿਆ ਜਿਹਦੇ ਨਾਲ ਆਪਾਂ ਡਿਵਾਈਡ ਕਰ ਰਹੇ ਸੀ ਉਹਦੇ ਉੱਪਰ, ਪਹਾੜੇ ਦੇ ਉੱਪਰ ਪੂਰੀ ਪੂਰੀ ਵੰਡੀ ਗਈ ਹੈ, ਠੀਕ ਹੈ, ਇਹੀ ਨਿਸ਼ਾਨੀ ਹੁੰਦੀ ਹੈ। ਤੋ ਸੱਤ ਨਾਲ ਇਸ ਨੂੰ ਭਾਗ ਕੀਤਾ, ਕਿੰਨਾ ਆ ਗਿਆ ਤਰਾਨਵੇਂ ਸਤਾਰਾਂ। ਜੇ ਜ਼ੀਰੋ ਤੋਂ ਬਿਨਾਂ ਕੋਈ ਹੋਰ ਸੰਖਿਆ ਆ ਜਾਂਦੀ, ਫਿਰ ਉਹਨੇ ਆਪਾਂ ਨੂੰ ਉਹ ਪਹਾੜੇ 'ਤੇ ਉਹ ਡਿਵਾਈਡ ਆ ਜਿਹੜਾ ਨਹੀਂ ਹੋਇਆ, ਫਿਰ ਅਗਲਾ ਪਹਾੜਾ ਦੇਖਣਾ ਪੈਣਾ ਸੀ। ਹੁਣ ਤਰਾਨਵੇਂ ਸਤਾਰਾਂ ਨੂੰ ਵੀ ਅੱਗੇ ਆਪਾਂ ਦੇਖਦੇ ਹਾਂ ਸੱਤ ਦੇ ਪਹਾੜੇ ਦੇ ਉੱਪਰ। ਤੋ ਸੱਤ ਏਕਮ ਸੱਤ, ਦੋ ਤਿੰਨ, ਸੱਤ ਤੀ ਆ ਇੱਕੀ, ਦੋ ਬਾਕੀ ਰਹਿ ਗਏ ਇੱਕ, ਸੱਤ ਤੀ ਆ ਇੱਕੀ। ਤੋ ਜ਼ੀਰੋ ਸੱਤ ਆ ਗਿਆ ਥੱਲੇ, ਸੱਤ ਏਕਮ ਸੱਤ, ਤੋ ਹੁਣ ਵੀ ਬਾਕੀ ਆ ਗਿਆ ਜ਼ੀਰੋ, ਇਸ ਦਾ ਮਤਲਬ ਪੂਰਾ ਪੂਰਾ ਵੰਡਿਆ ਗਿਆ। ਤੋ ਕਿੰਨਾ ਆ ਗਿਆ, ਤੇਰ੍ਹਾਂ ਸੌ ਇਕੱਤੀ। ਹੁਣ ਆਪਾਂ ਤੇਰ੍ਹਾਂ ਸੌ ਇਕੱਤੀ ਨੂੰ ਦੇਖਣਾ ਹੈਗਾ ਸੱਤ ਦੇ ਪਹਾੜੇ ਦੇ ਉੱਪਰ। ਤਾਂ ਦੇਖੋ ਸੱਤ ਏਕਮ ਸੱਤ, ਛੇ ਬਾਕੀ ਰਹਿ ਗਏ ਤਿੰਨ, ਨੌ ਸਤਾ ਤ੍ਰੇਹਠ, ਜ਼ੀਰੋ ਇੱਕ। ਤੋ ਇੱਕ ਸੱਤ ਦੇ ਪਹਾੜੇ ਉੱਪਰ ਨਹੀਂ ਆਉਂਦਾ, ਇਹਦਾ ਮਤਲਬ ਇਹਦੇ ਵਿੱਚ ਬਾਕੀ ਕਿੰਨਾ ਬਚ ਗਿਆ, ਇੱਕ। ਤੋ ਇਹ ਸੱਤ ਦੇ ਪਹਾੜੇ 'ਤੇ ਤੇਰ੍ਹਾਂ ਸੌ ਇਕੱਤੀ ਨਹੀਂ ਆਇਆ। ਹੁਣ ਸੱਤ ਤੋਂ ਬਾਅਦ ਚੈੱਕ ਕਰਨਾ ਆਪਾਂ ਗਿਆਰਾਂ ਦਾ ਪਹਾੜਾ। ਤੋ ਹੁਣ ਤੇਰ੍ਹਾਂ ਸੌ ਇਕੱਤੀ ਨੂੰ ਗਿਆਰਾਂ 'ਤੇ ਦੇਖੋ। ਪਹਿਲਾਂ ਗਿਆਰਾਂ ਏਕਮ ਗਿਆਰਾਂ, ਦੋ ਬਾਕੀ ਰਹਿ ਗਏ, ਗਿਆਰਾਂ ਦੂਣ ਬਾਈ,
ਇੱਕ ਬਾਕੀ ਰਹਿ ਗਿਆ ਇੱਕ, 11 ਏਕਮ 11 0, ਤੋ ਬਾਕੀ ਆ ਗਿਆ 0, ਇਹਦਾ ਮਤਲਬ 1331 11 ਨਾਲ ਪੂਰਾ ਪੂਰਾ ਡਿਵਾਈਡ ਹੋ ਗਿਆ ਕਿੱਥੇ ਜਾ ਕੇ 121 'ਤੇ, ਅਤੇ 121 ਵੀ 11 ਦੇ ਪਹਾੜੇ 'ਤੇ ਆਉਂਦਾ ਹੁੰਦਾ ਜੇ ਤੁਸੀਂ ਭਾਗ ਕਰਕੇ ਦੇਖਣਾ ਤਾਂ ਦੇਖ ਸਕਦੇ ਹੋ। ਤੋ 11 ਏਕਮ 11, ਇੱਕ ਬਾਕੀ ਰਹਿ ਗਿਆ ਇੱਕ ਥੱਲੇ, 11 ਏਕਮ 11, ਤੋ ਬਾਕੀ ਆ ਗਿਆ 0, ਤੋ ਆਂਸਰ ਕਿੰਨਾ ਆ ਗਿਆ 11, 11 ਆਪਦੇ ਭਾੜੇ 'ਤੇ ਆ ਗਿਆ 11 ਏਕਮ 11। ਤੋ ਹੁਣ ਆਪਾਂ ਇਸਦਾ ਘਣ ਮੂਲ ਦੱਸਣਾ ਸੀ, ਕਿਹਦਾ ਦੱਸਣਾ ਸੀਗਾ, 45, 65, 33 ਦਾ। ਤੋ ਇਸ ਤਰ੍ਹਾਂ ਮੂਹਰੇ 3 ਪਾ ਲਿਓ, 45, 65, 33 ਦਾ ਕਾਹਦੇ ਬਰਾਬਰ ਆਊਗਾ, 3-3 ਦੇ ਜੋਟੇ ਬਣਾ ਦਿਓ ਹਰੇਕ ਗੁਣਨਖੰਡ ਦੇ। ਇੱਥੋਂ ਲਿਖ ਲਓ 7, ਇੱਥੋਂ ਆ ਗਿਆ 11, ਦੋਨਾਂ ਦੇ ਗੁਣਾ ਕਰ ਦਿਓ, 11 7 77, ਇਹਦਾ ਮਤਲਬ 45, 65, 33 ਦਾ ਘਣ ਮੂਲ ਕਿੰਨਾ ਆਊਗਾ, 77। ਇਹੀ ਆਪਾਂ ਦੱਸਣਾ ਸੀ, ਤੋ ਇਹ ਹੋਊਗਾ ਆਪਣਾ ਇਸਦਾ ਸਵਾਲ ਨੰਬਰ 4 ਦਾ ਆਂਸਰ, ਠੀਕ ਆ। ਤੋ ਇਸ ਤਰ੍ਹਾਂ ਭਾਗ ਕਰਕੇ ਤੁਹਾਨੂੰ ਦੇਖਣਾ ਹੀ ਪਿਆ ਕਰੂਗਾ ਜੇ ਵੱਡੀ ਸੰਖਿਆ ਹੋਇਆ ਕਰੂਗੀ। ਉਮੀਦ ਆ ਤੁਹਾਨੂੰ ਇਹ ਕੁਐਸਚਨ ਕਲੀਅਰ ਹੋ ਗਿਆ ਹੋਣਾ। ਅੱਗੇ ਦੇਖਦੇ ਹਾਂ ਇਸਦਾ ਸਵਾਲ ਨੰਬਰ 5। ਤਾਂ ਅੱਗੇ ਕੁਐਸਚਨ ਨੰਬਰ 5 ਦੇ ਵਿੱਚ ਹੈਗਾ ਕਿ ਜੇਕਰ ਕਿਸੇ ਸੰਖਿਆ ਦਾ ਘਣ 33-75 ਹੈ ਤਾਂ ਉਹ ਸੰਖਿਆ ਪਤਾ ਕਰੋ। ਤੋ ਤੁਹਾਨੂੰ ਇਸ ਤਰ੍ਹਾਂ ਵੀ ਉਹ ਸਵਾਲ ਪਾ ਸਕਦੇ ਆ, ਸਿੱਧਾ ਇਹ ਕਹਿਣ ਦੀ ਬਜਾਏ ਕਿ 33-75 ਦਾ ਘਣ ਮੂਲ ਪਤਾ ਕਰੋ। ਸਵਾਲ ਦਾ ਮਤਲਬ ਉਹੀ ਆ ਕਿ ਕਿਸੇ ਸੰਖਿਆ ਦਾ ਘਣ 33-75 ਆ ਅਤੇ ਉਹ ਸੰਖਿਆ ਕੀ ਹੋਊਗੀ, ਉਹਦੇ ਲਈ ਆਪਾਂ ਨੂੰ 33-75 ਦਾ ਕੀ ਕਰਨੇ ਪੈਣੇ ਆ, ਗੁਣਨਖੰਡ ਬਣਾਉਣੇ ਪੈਣੇ ਆ, ਇਸ ਦਾ ਘਣ ਮੂਲ ਕੱਢਣਾ ਪੈਣਾ ਕਿੰਨਾ ਹੋਊਗਾ। ਤੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ 2 ਦੇ ਪਹਾੜੇ ਉੱਪਰ ਜਾਊਗਾ। ਤੋ 2 ਦੇ ਪਹਾੜੇ ਦੇ ਉੱਪਰ ਜਾਣ ਲਈ ਇਸ ਦਾ ਲਾਸਟ ਵਾਲਾ ਅੱਖਰ 2 ਦੇ ਪਹਾੜੇ 'ਤੇ ਆਉਣਾ ਚਾਹੀਦਾ, ਪਰ ਇਹ ਹੈਗਾ 5, ਤੋ ਇਹਨੇ 2 ਦੇ ਪਹਾੜੇ ਉੱਪਰ ਨਹੀਂ ਜਾਣਾ, ਫਿਰ 3 ਦਾ ਪਹਾੜਾ। ਤੋ 3 ਦੇ ਪਹਾੜੇ 'ਤੇ ਚੈੱਕ ਕਰਨ ਲਈ ਆਪਾਂ ਨੂੰ ਅੰਕਾਂ ਦਾ ਜੋੜ ਕਰਨਾ ਪੈਣਾ। ਤੋ 3 ਅਤੇ 3 6, 6 ਅਤੇ 7 13, 13 ਅਤੇ 5 18। ਆਪਾਂ ਨੂੰ ਪਤਾ 18 ਜਿਹੜਾ ਉਹ 3 ਦੇ ਪਹਾੜੇ 'ਤੇ ਆਉਂਦਾ, ਇਸ ਲਈ 33-75 ਵੀ 3 ਦੇ ਪਹਾੜੇ 'ਤੇ ਡਿਵਾਈਡ ਹੋਵੇਗਾ। ਤਾਂ ਦੇਖੋ 33-75 3 ਨਾਲ ਡਿਵਾਈਡ ਕੀਤਾ, 3 ਏਕਮ 3 0 3 3 ਏਕਮ 3 0 7 3 2 6 1 5 ਹੁਣ 3 5 15 ਤੋਂ ਕਿੰਨਾ ਆ ਗਿਆ ਆਪਣੇ ਕੋਲ 1125। ਤੋ 33-75 ਨੂੰ ਭਾਗ ਕੀਤਾ 3 ਨਾਲ 1125। ਹੁਣ 1125 ਦੇਖਣਾ ਆਪਾਂ 3 ਦੇ ਪਹਾੜੇ 'ਤੇ, ਤਾਂ ਅੰਕਾਂ ਦਾ ਜੋੜ ਫਿਰ ਕਰਾਂਗੇ, 1 ਅਤੇ 1 2 2 ਅਤੇ 2 4, 4 ਅਤੇ 5 9 ਫਿਰ 3 ਦੇ ਪਹਾੜੇ 'ਤੇ ਆਉਂਦਾ, ਇਸੇ ਲਈ ਜਿਹੜਾ 1125 ਵੀ ਆ ਇਹ ਵੀ 3 ਦੇ ਪਹਾੜੇ 'ਤੇ ਜਾਊਗਾ। ਪਹਿਲਾਂ ਆਜੂਗਾ 3 3 9 2 ਥੱਲੇ, 7 3 21 1 5 ਫਿਰ 5 3 15 ਤੋਂ ਇਹ ਆਜੂਗਾ ਆਪਣੇ ਕੋਲ 375। 375 ਦੇ ਅੰਕਾਂ ਦਾ ਜੋੜ 3 ਅਤੇ 7 10 10 ਅਤੇ 5 15 ਤੋਂ 15 20 3 ਦੇ ਪਹਾੜੇ 'ਤੇ ਆਉਂਦਾ, ਇਸ ਲਈ 375 ਵੀ 3 ਨਾਲ ਡਿਵਾਈਡ ਹੋਊਗਾ, 3 ਏਕਮ 3 3 2 6 1 ਬਾਕੀ ਰਹਿ ਗਿਆ 5 5 3 15 ਤੋਂ ਕਿੰਨਾ ਆ ਗਿਆ ਆਪਣੇ ਕੋਲ 125।
ਹੁਣ 125 ਦੇਖਣਾ ਆਪਾਂ 3 ਦੇ ਪਹਾੜੇ 'ਤੇ। ਅੰਕਾਂ ਦਾ ਜੋੜ ਫੇਰ ਕਰਦੇ ਹਾਂ, 2 ਅਤੇ 1 3, 3 ਅਤੇ 5 8, ਅੰਕਾਂ ਦਾ ਜੋੜ ਆ ਗਿਆ 8। ਤੋਂ 8 3 ਦੇ ਪਹਾੜੇ 'ਤੇ ਨਹੀਂ ਆਉਂਦਾ, ਇਸੇ ਲਈ ਜਿਹੜਾ 125 ਵੀ ਆ ਉਹ 3 ਦੇ ਪਹਾੜੇ 'ਤੇ ਨਹੀਂ ਜਾਣਾ। 3 ਤੋਂ ਬਾਅਦ ਦੇਖਣਾ 5 ਦਾ ਪਹਾੜਾ। ਤੋਂ 5 ਦੇ ਪਹਾੜੇ 'ਤੇ ਉਹ ਸੰਖਿਆ ਜਾਂਦੀ ਹੈ ਜਿਸ ਦਾ ਲਾਸਟ ਵਾਲਾ ਅੱਖਰ ਜਾਂ ਤਾਂ 0 ਹੋਵੇ ਜਾਂ ਹੋਵੇ 5। ਤੋ ਇਸ ਦਾ ਲਾਸਟ ਵਾਲਾ ਅੱਖਰ 5 ਹੈਗਾ, ਤੋ ਇਹ 5 ਦੇ ਪਹਾੜੇ 'ਤੇ ਜਾਊਗਾ। ਤਾਂ ਭਾਗ ਕਰ ਦਿੰਦੇ ਹਾਂ 125 ਨੂੰ 5 ਨਾਲ, 5 ਦੂਣੀ 10, 2 5 ਆ ਗਿਆ ਥੱਲੇ, 5 5 25। ਤੋ ਕਿੰਨੇ 'ਤੇ ਆਪਣੇ ਕੋਲ ਡਿਵਾਈਡ ਹੋਇਆ ਇਹ? 5 ਨਾਲ ਭਾਗ ਕੀਤਾ, ਆਂਸਰ ਆ ਗਿਆ 25। 25 ਫਿਰ 5 ਦੇ ਪਹਾੜੇ 'ਤੇ, 5 5 25 5 ਆ ਗਿਆ, 5 ਫਿਰ 5 ਦੇ ਪਹਾੜੇ 'ਤੇ, 5 ਇੱਕ 5। ਹੁਣ ਆਪਾਂ ਦੱਸਣਾ ਸੀ ਵੀ ਕਿਹੜੀ ਸੰਖਿਆ ਦਾ ਘਾਣ ਆ ਜਿਹੜਾ 3375 ਹੁੰਦਾ, ਤਾਂ ਉਹ ਸੰਖਿਆ ਕੀ ਆ? ਉਹ ਸੰਖਿਆ ਆਊਗੀ ਇਹਦੇ 3-3 ਦੇ ਜੋੜੇ ਬਣਾ ਦਿਓ, ਰਾਈਟ ਆ, ਆਹ ਬਣ ਗਈ। ਤਾਂ ਇੱਥੋਂ ਕੀ ਆ ਗਿਆ 3, ਗੁਣਾ ਇੱਥੋਂ ਕੀ ਆ ਗਿਆ 5, ਦੋਨਾਂ ਦੀ ਗੁਣਾ ਕਰ ਦਿਓ, 3 5 15। ਇਹਦਾ ਮਤਲਬ 15 ਅਜਿਹੀ ਸੰਖਿਆ ਜਿਸ ਦਾ ਜੇ ਆਪਾਂ ਘਣ ਕਰਾਂਗੇ ਤਾਂ ਕਿੰਨਾ ਬਣੂੰਗਾ? 3375 ਆਊਗਾ, ਰਾਈਟ ਆ। ਤੋ ਬੜਾ ਹੀ ਈਜ਼ੀ ਜਿਹਾ ਕੁਸ਼ਚਨ ਸੀ, ਉਮੀਦ ਆ ਤੁਹਾਨੂੰ ਇਹ ਕਲੀਅਰ ਹੋਊਗਾ। ਅੱਗੇ ਆਪਾਂ ਹੁਣ ਦੇਖਦੇ ਹਾਂ ਇਸ ਦਾ ਸਵਾਲ ਨੰਬਰ 6। ਤੋ ਲਾਸਟ ਸਵਾਲ ਆ ਕਿ 12 ਦੀ ਘਾਤ 3 ਮਤਲਬ 12 ਦਾ ਘਣ ਘਟਾਓ 11 ਦਾ ਘਣ ਦਾ ਮੁੱਲ ਪਤਾ ਕਰੋ ਢੁਕਵੇਂ ਪੈਟਰਨ ਅਨੁਸਾਰ। ਤੋ ਇਹਨੂੰ ਆਪਾਂ ਸਿੱਧਾ ਹੱਲ ਨਹੀਂ ਕਰਨਾ ਕਿ 12 ਦਾ ਪਹਿਲਾਂ ਘਣ ਲਿਖ ਦਈਏ ਉਹਦੇ 'ਚੋਂ 11 ਦਾ ਘਣ ਘਟਾ ਦਈਏ, ਉਸ ਤਰ੍ਹਾਂ ਨਹੀਂ। ਇਹਦੇ ਵਾਸਤੇ ਆਪਾਂ ਨੂੰ ਪੈਟਰਨ ਵਰਤਣਾ ਪੈਣਾ। ਤੋ ਪੈਟਰਨ ਆਪਾਂ ਇਹ ਇੱਕ ਇੱਕ ਅੰਕਾਂ ਵਾਲਿਆਂ ਦੇ ਵਿੱਚ ਵੀ ਕੀਤਾ ਸੀ। ਕੀ ਕੀਤਾ ਸੀਗਾ, ਥੋੜ੍ਹਾ ਜਿਹਾ ਰਿਵਾਈਜ਼ ਕਰਵਾ ਦਈਏ ਕਿ ਜੇ ਆਪਣੇ ਕੋਲ 2 ਲਗਾਤਾਰ ਸੰਖਿਆਵਾਂ ਹੋਣ, 2 ਲਗਾਤਾਰ ਸੰਖਿਆਵਾਂ ਦੇ ਜਿਹੜੇ ਘਣ ਹੁੰਦੇ ਆ, ਦੇ ਘਣਾਂ ਦੀ ਘਟਾਓ ਆ ਜਿਹੜੀ ਉਹ ਕਾਹਦੇ ਬਰਾਬਰ ਹੁੰਦੀ ਆ? ਜੇ 2 ਲਗਾਤਾਰ ਸੰਖਿਆਵਾਂ ਦੇ ਘਣਾਂ ਦੀ ਘਟਾਓ ਕਾਹਦੇ ਬਰਾਬਰ ਹੁੰਦੀ ਆ? 3 ਗੁਣਾ ਦੋਨੇ ਸੰਖਿਆਵਾਂ ਦੀ ਗੁਣਾ, ਦੋਨੋਂ ਸੰਖਿਆਵਾਂ ਦੀ ਗੁਣਾ ਜੋੜ 1। ਤਾਂ ਇਹ ਫਾਰਮੂਲਾ ਹੁੰਦਾ ਆਪਣੇ ਕੋਲ। ਫਾਰਮੂਲਾ ਕੀ ਆ? 2 ਲਗਾਤਾਰ ਸੰਖਿਆਵਾਂ, 11 ਅਤੇ 12 2 ਲਗਾਤਾਰ ਸੰਖਿਆਵਾਂ, ਦੋਨਾਂ ਦੇ ਜੇ ਘਣਾਂ ਦੀ ਘਟਾਓ ਕਰਨੀ ਆ, ਦੇਖੋ 12 ਦੇ ਘਣ ਦੇ ਵਿੱਚੋਂ 11 ਦਾ ਘਣ ਘਟਾਉਣਾ ਆਪਾਂ, ਤਾਂ ਕਾਹਦੇ ਬਰਾਬਰ ਆਊਗਾ? ਦੋਨੋਂ ਸੰਖਿਆਵਾਂ ਦੀ ਗੁਣਾ ਨੂੰ ਕਿਹਦੇ ਨਾਲ ਗੁਣਾ ਕਰ ਦਿਓ? 3 ਨਾਲ। ਜਿਹੜਾ ਆਂਸਰ ਆ ਗਿਆ ਉਹਦੇ ਵਿੱਚ 1 ਕੀ ਕਰ ਦਿਓ? ਪਲੱਸ ਕਰ ਦਿਓ। ਤਾਂ ਆਪਾਂ ਕੀ ਕਰਨਾ ਹੈਗਾ, ਇਹਦਾ ਮਤਲਬ 3 ਦੀ ਗੁਣਾ ਕਰਨੀ ਕਿਹਦੇ ਨਾਲ? 12 ਗੁਣਾ 11 ਨਾਲ। ਆਹਦਾ ਹੋ ਗਈ ਆ 2 ਸੰਖਿਆਵਾਂ ਦੀ ਗੁਣਾ ਨਾਲ 3 ਵਿੱਚ ਜੋੜ, ਇਹਦੇ ਕੀ ਕਰਨਾ ਬਾਅਦ ਵਿੱਚ? 1। ਹੁਣ ਪਹਿਲਾਂ 12 ਦੀ ਗੁਣਾ 3 ਨਾਲ। ਤੋ 12 ਦੀ ਗੁਣਾ 3 ਨਾਲ ਕਿੰਨਾ ਆ ਗਿਆ? 3 2 6, 3 1 3, 36। 36 ਦੀ ਗੁਣਾ ਅੱਗੇ 11 ਨਾਲ। ਤੋ 6 1 6, 3 1 3, 6 1 6, 3 1 3, 6 6 3 9 3। ਤੋ ਕਿੰਨਾ ਆ ਗਿਆ? 396 ਵਿੱਚ 1 ਜੋੜ ਦਿਓ ਇਹਦੇ। 396 'ਚ 1 ਜੋੜਿਆ, 397। ਇਹਦਾ ਮਤਲਬ ਜੇ ਆਪਾਂ 12 ਦੇ ਘਣ ਵਿੱਚੋਂ 11 ਦਾ ਘਣ ਘਟਾਵਾਂਗੇ ਤਾਂ ਆਂਸਰ ਕਿੰਨਾ ਆਊਗਾ? 397। ਇਹ ਆਪਾਂ ਪੈਟਰਨ ਇਹ ਆ ਜਿਹੜਾ ਆਪਾਂ ਕਰਨਾ। ਉਹਦੇ ਲਈ ਫਾਰਮੂਲਾ ਜਿਹੜਾ ਹੈਗਾ ਪੈਟਰਨ ਦੇ ਲਈ, ਇਹ ਤੁਸੀਂ ਆਹ ਵਾਲਾ ਅਪਲਾਈ ਕਰਨਾ ਵੀ ਦੋਨਾਂ ਸੰਖਿਆਵਾਂ ਦੀ ਗੁਣਾ ਕਰ ਦਿਓ
12 ਦੀ ਗੁਣਾ 11 ਨਾਲ ਕਰ ਦਿਓ, ਜਿਹੜਾ ਆਂਸਰ ਆ ਉਹਦੀ ਗੁਣਾ ਵੀ 3 ਨਾਲ, ਅਤੇ ਜਿਹੜਾ ਸਾਰੇ ਦਾ ਆਂਸਰ ਆ ਗਿਆ ਉਹਦੇ ਵਿੱਚ 1 ਜੋੜ ਦਿਓ, ਉਹੀ ਆਪਣਾ ਕੀ ਹੋਊਗਾ ਇਸਦਾ ਆਂਸਰ ਹੋਊਗਾ। ਤੁਸੀਂ ਇਹਨੂੰ ਸਿੱਧਾ ਨਹੀਂ ਕਰਨਾ ਵੀ ਪਹਿਲਾਂ 12 ਦਾ ਘਣ ਲਿਖ ਦਿਉ ਉਹਦੇ ਵਿੱਚੋਂ 11 ਦਾ ਘਣ ਘਟਾ ਦਿਉ, ਗਲਤ ਹੋ ਜਾਊਗਾ, ਕਿਉਂਕਿ ਉਹਨਾਂ ਨੇ ਨਾਲ ਮੈਨਸ਼ਨ ਕੀਤਾ ਹੋਇਆ ਆਪਾਂ ਕੀ ਲਾਉਣਾ ਹੈਗਾ, ਢੁਕਵਾਂ ਪੈਟਰਨ ਲਾਉਣਾ, ਸਿੱਧਾ ਨਹੀਂ ਹੱਲ ਕਰਨਾ, ਰਾਈਟ ਆ। ਹੋਪ ਆ ਤੁਹਾਨੂੰ ਇਹ ਕੁਐਸਚਨ ਆ ਜਿਹੜੇ ਕਲੀਅਰ ਹੋ ਗਏ ਹੋਣੇ ਆ। ਤੋ ਇਸ ਵਾਲੀ ਵੀਡੀਓ ਦੇ ਵਿੱਚ ਆਪਾਂ ਇਹੀ ਲੈਸਨ ਆਪਣਾ ਕਰਨਾ ਸੀ। ਇਸ ਤੋਂ ਨੈਕਸਟ ਵੀਡੀਓ ਦੇ ਵਿੱਚ ਜਿਹੜਾ ਆਪਣਾ ਹੁਣ ਕੋਈ ਚੈਪਟਰ ਰਹਿ ਗਿਆ ਉਸ 'ਤੇ ਜਿਹੜੇ ਸਵਾਲ ਆ ਡਿਸਕਸ ਕਰਾਂਗੇ।